ਤਰਨਤਾਰਨ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ। ਦੱਸ ਦਈਏ ਕਿ ਤਰਨਤਾਰਨ ਪੁਲਿਸ ਨੇ ਜਿਹੜਾ ਇੱਕ ਪਾਕਿਸਤਾਨੀ ਡਰੋਨ ਔਰ 3 ਕਿਲੋ ਦੇ ਕਰੀਬ ਜਿਹੜੀ ਹੀਰੋਇਨ ਰਿਕਵਰੀ ਕੀਤੀ ਹੈ, ਯਾਨੀ ਕਿ ਅੰਤਰਰਾਸ਼ਟਰੀ ਉਸਦੀ ਕੀਮਤ ਜਿਹੜੀ ਹੈ ਮਾਰਕੀਟ 'ਚ ਕਰੋੜਾਂ ਦੀ ਆ ਔਰ ਹੀਰੋਇਨ ਫੜੀ ਗਈ ਹੈ। ਸਾਡੇ ਨਾਲ ਤਰਨ ਤਾਰਨ ਦੇ SSP ਅਸ਼ਵਨੀ ਕਪੂਰ ਜੀ ਨੇ। ਸਰ, ਪਹਿਲਾਂ ਤਾਂ ਜਿਹੜੀ ਇੱਕ ਰਿਕਵਰੀ ਹੋਈ ਹੈ ਔਰ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਪਾਕਿਸਤਾਨੀ ਡਰੋਨ ਵੀ ਜਿਹੜਾ ਤੁਹਾਡੇ ਹੱਥ ਲੱਗ ਚੁੱਕਾ ਹੈ? ਇਹਦੇ 'ਚ ਜੀ ਇਨਫੋਰਮੇਸ਼ਨ ਸੀਗੀ, ਜਿਵੇਂ ਪਿੱਛੇ ਵੈਸੇ ਵੀ ਅਸੀਂ ਇਲੈਕਸ਼ਨ ਦੇ ਮੱਦੇਨਜ਼ਰ ਕਾਫੀ ਜਿਹੜੀ ਆ ਮੁਸਤੈਦੀ ਜਿਹੜੀ ਵਧਾਈ ਹੋਈ ਆ ਬਾਰਡਰ ਦੇ ਉੱਤੇ, ਅਤੇ ਸਪੈਸੀਫਿਕ ਇਨਫੋਰਮੇਸ਼ਨ ਸੀ ਕਿ BOP ਕੱਲ੍ਹ ਨੂੰ ਜਿਹੜਾ ਟਾਰਗੇਟ ਕਰ ਰਹੇ ਆ ਅਤੇ ਇੱਕ ਹਰਭਜਨ ਨੂੰ, ਅਸੀਂ ਉਹ ਦੋਨੋਂ ਜਗ੍ਹਾ 'ਤੇ ਐਕਸਟਰਾ ਆਪਣੇ ਆਫਿਸਰਸ ਵਗੈਰਾ ਰਾਤੀ ਲਾਏ ਹੋਏ ਸੀ ਅਤੇ ਉਹਦੇ ਲੜੀ ਦੇ ਵਿੱਚ ਜਿਹੜਾ SHO ਖਾਲਣਾ ਹੈਗੇ ਵਿਨੋਦ, ਉਹਨਾਂ ਕੋਲ ਇਨਫੋਰਮੇਸ਼ਨ ਆਈ ਕਿ ਕੋਈ ਹਲਚਲ ਹੋ ਰਹੀ ਆ ਉੱਥੇ ਡੱਲ ਪਿੰਡ ਦੇ ਵਿੱਚ। ਤਾਂ ਇਮੀਡੀਏਟਲੀ ਡੱਲ ਪਿੰਡ ਪਹੁੰਚਦੇ ਆ ਤਾਂ ਉਹ ਜਦੋਂ ਪੁਲਿਸ ਪਾਰਟੀ ਨੇੜੇ ਬਾਰਡਰ ਦੇ ਨੇੜੇ ਕਿਤੇ ਪਹੁੰਚਦੀ ਆ ਤਾਂ 2 ਬੰਦੇ 3 ਭੱਜਦੇ ਆ, ਜਿਹਨਾਂ 'ਚੋਂ 2 ਕਾਮਯਾਬ ਹੋ ਜਾਂਦੇ ਭੱਜਣ 'ਚ, ਇੱਕ ਨੂੰ ਇਹ ਫੜ ਲੈਂਦੇ ਆ ਜਿਹਦਾ ਨਾਮ ਬਾਅਦ 'ਚ ਰਾਣਾ ਪਤਾ ਲੱਗਦਾ, ਔਰ ਉਹਦੇ ਇੰਟਰੋਗੇਸ਼ਨ ਤੋਂ ਅੱਗੇ ਖੇਤਾਂ ਦੇ ਵਿੱਚ ਇੱਕ ਜਿਹਦੀ ਬੈਟਰੀ ਡਰੇਨ ਹੋ ਜਾਂਦੀ ਆ, ਕੁਆਡਕੋਪ ਵੱਡਾ ਡਰੋਨ ਰਿਕਵਰ ਹੁੰਦਾ ਅਤੇ ਨਾਲ 3.25 ਕਿਲੋ ਦੇ ਕਰੀਬ ਜਿਹੜੀ ਹੈ ਹੀਰੋਇਨ ਬਰਾਮਦ ਹੁੰਦੀ ਹੈ, ਔਰ 2 ਬੰਦੇ ਜਿਹੜੇ ਆ ਉਹ ਹਜੇ ਅਸੀਂ ਉਹਨਾਂ ਦੀ ਭਾਲ ਜਾ ਰਹੀ ਹੈ ਜਿਹੜੇ ਭੱਜੇ ਆ, ਔਰ ਇਹਦੀ ਇੰਟੈਰੋਗੇਸ਼ਨ ਜਾ ਰਹੀ ਹੈ ਵੀ ਕਿਹਨੂੰ ਅੱਗੇ ਸਮਾਨ ਦੇਣਾ ਸੀ ਔਰ ਕਿਹਦੇ ਵਾਸਤੇ ਇਹਨਾਂ ਨੇ ਮੰਗਵਾਇਆ ਸੀ, ਅਤੇ ਪਿੱਛੋਂ ਬੈਕਵਰਡ ਅਤੇ ਫਾਰਵਰਡ ਅਸੀਂ ਜਿਹੜੀ ਹੈ ਉਹਦੀ ਲਿੰਕੇਜਸ ਅਜੇ ਲੱਭ ਰਹੇ ਹਾਂ। ਸਰ, ਜੇ ਗੱਲ ਕਰ ਲਈ ਇੱਕ ਬੰਦਾ ਜਿਹੜਾ ਹਾਲੇ ਹੱਥ ਲੱਗਾ ਇਸ ਮਾਮਲੇ 'ਚ? ਇੱਕ ਬੰਦਾ ਹੋਇਆ ਜੀ, ਇਹ ਉਸੇ ਪਿੰਡ ਦਾ, ਡੱਲ ਪਿੰਡ ਦੇ ਹੀ ਆ 3 ਰਹਿਣ ਵਾਲੇ, ਅਤੇ 2 ਜਿਹੜੇ ਆ ਉਹ ਤਾਂ ਤਾਲੇ ਮਾਰ ਕੇ ਘਰਾਂ ਤੋਂ ਭੱਜ ਗਏ, ਉਹਨਾਂ ਦੇ ਬਾਕੀ ਫੈਮਿਲੀ ਮੈਂਬਰ ਵੀ ਕੋਈ ਅਵੇਲੇਬਲ ਹੈ ਨਹੀਂ ਗੇ, ਬਟ ਅਸੀਂ ਉਹਨਾਂ ਨੂੰ ਛੇਤੀ ਅਰੈਸਟ ਕਰ ਲਾਂਗੇ ਔਰ ਬਾਕੀ ਲਿੰਕੇਜਸ ਲੱਭਾਂਗੇ ਵੀ ਕਿੱਥੇ ਇਹਨਾਂ ਨੇ ਦੇਣਾ ਸੀ ਉਸ ਨੂੰ। SSP ਸਾਹਿਬ, ਜੇ ਗੱਲ ਕਰ ਲਈਏ ਤਾਂ ਇੱਕ ਡਰੋਨ ਦੀ, ਜਿਵੇਂ ਆਪਾਂ ਕਹਿ ਦਿੰਦੇ ਕਿ 25-26 ਲੱਖ ਦੇ ਕਰੀਬ ਇਹਦੀ ਡਰੋਨ ਦੀ ਕੀਮਤ ਹੋਣੀ ਆ, ਔਰ ਇਹ ਪਾਕਿਸਤਾਨ ਵਾਲੇ ਪਾਸੇ ਕੰਟਰੋਲ ਹੁੰਦਾ ਹੈ ਫਿਰ ਜਿਹੜੋ ਆਪਣੇ ਹਦੂਦ, ਜਿਵੇਂ ਭਾਰਤ ਵਾਲੇ ਪਾਸੇ ਕਿਸ ਤਰੀਕੇ ਨਾਲ ਆਉਂਦਾ? ਇਹ ਜੀ ਉੱਧਰੋਂ ਜਿਵੇਂ ਇਹਦੀ ਵੱਡੀ ਬੈਟਰੀ ਸੀ ਔਰ ਪੇਲੋਡ ਵੀ ਇਹ ਜ਼ਿਆਦਾ ਕੈਰੀ ਕਰ ਸਕਦਾ, ਇਹ ਮਤਲਬ 4 ਤੋਂ 5 ਕਿਲੋ ਤੱਕ ਕੈਰੀ ਕਰ ਜਾਂਦਾ, ਬਟ ਫਿਰ ਵੀ ਉਹ ਜੋ ਹਜੇ ਤੱਕ ਦੇ ਇੰਟਰੋਗੇਸ਼ਨ 'ਚ ਆਏ ਵੀ ਉਹ ਰਿਸਕ ਨਹੀਂ ਲੈਂਦੇ, ਵੀ ਪਹਿਲੇ ਥੋੜ੍ਹਾ ਸਮਾਨ ਭੇਜਦੇ ਤਾਂ ਕਿ ਜੇ ਡਰੋਨ ਜਾਂ ਗਿਰ ਫੜਿਆ ਵੀ ਜਾਵੇ ਤਾਂ ਥੋੜ੍ਹਾ ਸਮਾਨ ਫੜਿਆ ਜਾਵੇ, 3-4-5 ਸੋਟੀਆਂ ਤੱਕ ਵੀ ਉਹ ਲਾ ਲੈਂਦੇ। ਤਾਂ ਇਸੇ ਜੇ ਪਿੱਛੇ ਜੇ ਜਿਹੜੇ ਇਹਨਾਂ ਨੇ ਪਿਛਲੇ 3-4 ਮਹੀਨਿਆਂ ਤੋਂ ਪਹਿਲੀ ਵਾਰ ਹੋਇਆ ਕਿ ਇੰਨਾ ਵੱਡਾ ਡਰੋਨ ਆਇਆ, ਨਹੀਂ ਤਾਂ ਇਹ ਛੋਟੇ ਡਰੋਨ ਨਾਲ 1.5 ਕਿਲੋ 500-500 ਗ੍ਰਾਮ ਦੇ ਪੈਕਟ ਹੀ ਸਿੱਟ ਰਹੇ ਸੀ, ਤਾਂ ਕਿ ਜਦੋਂ ਡਰੋਨ ਜਾਂ ਸਮਾਨ ਫੜਿਆ ਜਾਵੇ ਤਾਂ ਘੱਟ ਨੁਕਸਾਨ ਹੋਵੇ ਉਹਨਾਂ ਦਾ। ਸਰ, ਇਸ 'ਚ ਇੱਕ ਵੀ ਜਿਹੜਾ ਡਰੋਨ ਫੜਿਆ ਗਿਆ ਇਹਦੀ ਤਕਰੀਬਨ ਜਿਹੜੀ ਕੋਸਟ ਹੈ ਉਹ 20 ਤੋਂ 25 ਲੱਖ ਦੇ ਕਰੀਬ ਹੈਗੀ ਹੈ। ਬਿਲਕੁਲ, ਧੰਨਵਾਦ ਇਹ ਸਾਨੂੰ SSP। ਔਰ ਇੱਕ ਸਰ, ਇੱਕ ਲਾਸਟ ਵਾਲਾ, ਇੱਕ ਜਿਹੜੇ ਵੈਪਨ ਜਿਹੜੇ ਰਿਕਵਰ ਹੋਏ ਨੇ CIE ਦੇ ਵੱਖ, ਉਹ ਅਲੱਗ ਕੇਸ ਹੈ ਸਰ, ਉਹ ਕੀ ਮੈਟਰ ਸੀ ਉਹ? ਉਹਦੇ 'ਚ ਇੱਦਾਂ ਜੀ, ਸਾਡੀ ਜਿਹੜੀ ਲਗਾਤਾਰ CIA ਜਾਂ ਦੂਜੀ ਓਪਰੇਸ਼ਨਲ ਟੀਮ ਹੈ ਉਹ ਚੱਲਦੇ ਰਹਿੰਦੇ, ਉਹਨਾਂ ਨੂੰ ਇੱਕ ਕਾਮਯਾਬੀ ਹਾਸਲ ਹੋਈ ਹੈ ਜੀ। ਇੱਕ ਉਹਨਾਂ ਨੇ ਫੜਿਆ ਜੀ ਮੁੰਡਾ ਜਿਹੜਾ ਨਸ਼ੇ ਦਾ ਆਦੀ ਹੈ, ਔਰ ਉਹਦੇ ਕੋਲੋਂ 2 ਵੈਪਨ ਰਿਕਵਰ ਹੋਏ ਆ, ਅਤੇ 2 ਸਾਥੀ ਉਹਦੇ ਹੋਰ ਆ ਜਿਹੜੇ ਦੱਸਣ ਮੁਤਾਬਕ ਉਹਨਾਂ ਦੀ ਭਾਲ ਹਜੇ ਜਾਰੀ ਹੈ। ਇਹਨਾਂ ਨੂੰ ਵੀ ਖੇਮਕਰਨ ਦੇ ਇਲਾਕੇ 'ਚੋਂ ਇਹਨੂੰ ਅਰੈਸਟ ਕੀਤਾ ਗਿਆ, ਅਤੇ ਇਹਦੇ ਕੋਲ 32-34 ਬੋਰ ਜਿਹੜੇ ਲੋਕਲ ਮੀਟ MP ਤੋਂ ਤਕਰੀਬਨ ਆਉਂਦੇ ਆ, ਉਹ ਵੈਪਨ ਰਿਕਵਰ ਹੋਏ ਆ। ਬਿਲਕੁਲ, ਧੰਨਵਾਦ ਇਹ ਸਨ ਤਰਨ ਤਾਰਨ ਦੇ SSP। ਔਰ ਇਹਨਾਂ ਦਾ ਦੱਸਣਾ ਕਿ ਇੱਕ ਹੀਰੋਇਨ ਦੀ ਰਿਕਵਰੀ ਹੋਈ ਹੈ। ਦੱਸ ਦਈਏ ਕਿ ਇੱਕ ਵੱਡਾ ਡਰੋਨ ਜਿਹੜਾ ਹੈ ਪਾਕਿਸਤਾਨ ਵਾਲੇ ਪਾਸਿਓਂ ਜਦ ਇੱਧਰ ਆਇਆ ਤਾਂ ਉਹ ਵੀ ਜਿਹੜੀ ਬਰਾਮਦਗੀ ਜਿਹੜੀ ਹੈ ਪੁਲਿਸ ਵੱਲੋਂ ਕੀਤੀ ਗਈ ਔਰ 25 ਤੋਂ 26 ਲੱਖ ਦਾ ਇਹ ਡਰੋਨ ਹੈ, ਜਿਸ ਦੇ ਰਾਹੀਂ 3.25 ਕਿਲੋ ਜਿਹੜਾ ਹੀਰੋਇਨ ਦੀ ਜਿਹੜਾ ਸੀ ਉਹ ਇੱਧਰ ਭਾਰਤ ਵਾਲੇ ਪਾਸੇ ਆਈ ਹੈ। ਹਾਲਾਂਕਿ ਇੱਕ ਸਮਗਲਰ ਵੀ ਜਿਹੜਾ ਪੁਲਿਸ ਨੇ ਅਰੈਸਟ ਕੀਤਾ।